ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ 1 ਕਿਲੋ ਅਫੀਮ ਅਤੇ ਅਸਲੇ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਨਿਸ਼ਾਨਦੇਹੀ ਉੱਤੇ ਹੀ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਉੱਤੇ ਡੀਐਸਪੀ ਟਾਂਡਾ ਰਾਜ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪੁਲਿਸ ਅਧਿਕਾਰੀਆਂ ਨੂੰ ਇਹ ਵੱਡੀ ਸਫਲਤਾ ਹੱਥ ਲੱਗੀ ਹੈ। ਹੋਰ ਕੀ ਕੁਝ ਕਹਿਣਾ ਸੀ ਉਹਨਾਂ ਦਾ ਇਸ ਮੌਕੇ, ਆਓ ਜਰਾ ਤੁਹਾਨੂੰ ਸੁਣਾ ਦਿੰਨੇ ਆ। ਮਾਣਯੋਗ ਐਸਐਸਪੀ ਸ਼੍ਰੀ ਕੁਲਵੰਤ ਹੀਰ ਜੀ, ਪੀਪੀਐਸ ਐਸਐਸਪੀ ਹੁਸ਼ਿਆਰਪੁਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਹਿੰਮ ਛੇੜੀ ਹੋਈ ਸੀ, ਉਹਦੇ 'ਚ ਸਾਡੀ ਟਾਂਡਾ ਜਿਹੜਾ ਥਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਸਆਈ ਹਰਿੰਦਰ ਐਸਐਚਓ ਥਾਣਾ ਟਾਂਡਾ ਦੀ ਟੀਮ ਨੇ ਏਐਸਏ ਰਜੇਸ਼ ਕੁਮਾਰ ਦੇ ਨਾਲ ਮਿਲ ਕੇ ਇੱਕ ਦੋਸ਼ੀ ਜਿਹੜਾ ਸੀਗਾ ਵਿਨੀਤ ਕੁਮਾਰ, ਜਿਹੜਾ ਪਿੱਛੋਂ ਨੇਪਾਲ ਦਾ ਰਹਿਣ ਵਾਲਾ ਅਤੇ ਇਸ ਟਾਈਮ ਬਿਆਸ ਰਹਿ ਰਿਹਾ ਸੀਗਾ, ਉਹਨੂੰ 15 ਤਰੀਕ ਨੂੰ ਕਾਬੂ ਕੀਤਾ ਸੀ ਔਰ ਇਹਦੇ ਖਿਲਾਫ਼ FIR ਨੰਬਰ 12 ਦਰਜ ਹੋਈ ਸੀ। ਇਹਦੇ ਕੋਲੋਂ 70 ਗ੍ਰਾਮ ਜਿਹੜੀ ਅਫੀਮ ਬਰਾਮਦ ਹੋਈ ਸੀ। ਇਹਦੀ ਪੁੱਛਗਿੱਛ ਦੌਰਾਨ ਇਹਦਾ ਰਿਮਾਂਡ ਲਿਆ ਗਿਆ ਔਰ ਇਹ ਤੋਂ ਦੋ ਬੰਦੇ ਜਿਹੜੇ ਇਹਨੂੰ ਅਫੀਮ ਪ੍ਰੋਵਾਈਡ ਕਰਨ ਵਾਲੇ ਸੀ ਨੋਮੀਨੇਟ ਹੋਏ ਸੀ, ਜਿਨ੍ਹਾਂ ਦਾ ਨਾਂ ਰਤਨ ਸਿੰਘ ਸੀਗਾ, ਐਲਨਾਬਾਦ ਸਿਰਸਾ ਦਾ ਰਹਿਣ ਵਾਲਾ ਇਹ, ਔਰ ਦੂਜਾ ਮਨਜਿੰਦਰ ਭੁੱਲਰ ਹੈਗਾ, ਇਹ ਦੋਨੋਂ ਇਹ ਬਾਬਾ ਬਕਾਲਾ ਦਾ ਰਹਿਣ ਵਾਲਾ, ਇਹ ਨੋਮੀਨੇਟ ਹੋਏ ਸੀ ਔਰ SHO ਦੀ ਅਗਵਾਈ 'ਚ ਏਐਸਆਈ ਰਜੇਸ਼ ਕੁਮਾਰ ਦੀ ਟੀਮ ਨੇ ਛਾਪੇਮਾਰੀ ਕਰਕੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ। ਇਹਨਾਂ ਦੇ ਕਬਜ਼ੇ 'ਚੋਂ ਸਾਨੂੰ 1 ਕਿਲੋਗ੍ਰਾਮ ਅਫੀਮ, 70,000 ਰੁਪਏ ਦੀ ਨਕਦੀ ਜਿਹੜੀ ਡਰੱਗ ਮਨੀ ਹੈ ਔਰ ਅਫੀਮ ਵੇਚ ਕੇ ਇਹਨਾਂ ਨੇ ਲਈ ਸੀ, ਔਰ ਇਸ ਤੋਂ ਇਲਾਵਾ 1 32 ਬੋਰ ਦਾ ਪਿਸਤੌਲ, ਮੈਗਜ਼ੀਨ ਸਮੇਤ 4 ਜਿਹੜੇ ਜਿੰਦਾ ਰਹਿਣ ਇਹਨਾਂ ਕੋਲੋਂ ਬਰਾਮਦ ਹੋਏ ਆ। ਸੋ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅੱਜ ਇਹਨਾਂ ਦਾ ਰਿਮਾਂਡ ਲਿਆ ਗਿਆ, 3 ਦਿਨ ਦਾ ਹੋਰ ਰਿਮਾਂਡ ਲਿਆ ਔਰ ਜਿਹੜੀ ਹੈਗੀ ਹੈ ਇਹਨਾਂ ਦੇ ਖਿਲਾਫ਼ ਵਾਧਾ ਜੁਰਮ ਕਰ ਦਿੱਤਾ ਗਿਆ ਅਤੇ ਨਾਲ ਦੀ ਨਾਲ ਜਿਹੜੀ ਹੋਰ ਪੁੱਛਗਿੱਛ ਕਰਕੇ ਇਹ ਪਿਸਤੌਲ ਇਹਨਾਂ ਨੇ ਕਿੱਥੇ ਕਿੱਥੇ ਇਸਤੇਮਾਲ ਕਰਨਾ ਸੀ, ਕਿਸ ਬੰਦੇ ਨੂੰ ਟਾਰਗੇਟ ਕਰਨਾ ਸੀ ਜਾਂ ਇਹਨਾਂ ਦੀਆਂ ਕੀ ਹੋਰ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਕ੍ਰਿਮੀਨਲ ਐਕਟੀਵਿਟੀਜ਼ ਹੈਗੀਆਂ ਉਹਦੇ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾਊਗੀ। ਇਹਨਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੇ ਇੱਕ ਲੁੱਟ ਦੀ ਵਾਰਦਾਤ ਦਿੱਲੀ ਦੇ ਵਿੱਚ ਕੀਤੀ ਸੀ, ਉਹਦੇ ਸੰਬੰਧੀ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੈ। ਦੂਜਾ ਖਿਲਚੀਆਂ ਥਾਣੇ ਦੇ ਵਿੱਚ ਇੱਕ ਮਰਡਰ ਲਈ ਅਗਵਾਹ ਕੀਤਾ ਗਿਆ ਸੀ, ਉਹਨਾਂ ਦੇ ਇਹਨਾਂ ਦੇ ਖਿਲਾਫ਼ ਉਹ ਵੀ ਇੱਕ ਮੁਕੱਦਮਾ ਦਰਜ, ਜਿਹਨਾਂ 'ਚ ਗ੍ਰਿਫਤਾਰ ਨਹੀਂ ਹੋਇਆ। ਜਿਹਨੇ ਮਰਡਰ 'ਤੇ ਇਹਨਾਂ ਨੇ ਅਗਵਾਹ ਕੀਤਾ ਸੀ, ਉਹਦਾ ਮਰਡਰ ਹੋ ਗਿਆ ਸੀ ਕਿ ਇਹਨਾਂ ਨੇ? ਨਹੀਂ, ਮਰਡਰ ਲਈ ਅਗਵਾਹ ਸੀਗਾ ਅਤੇ ਫਰਦਰ ਵਿੱਚ ਕੀ ਹੋਇਆ ਸੀ ਉਹ ਅਸੀਂ ਜਾਣਕਾਰੀ ਲੈ ਰਹੇ ਹਾਂ, ਲੇਕਿਨ ਜਿਹੜਾ ਉਹਦੇ FIR ਦਰਜ ਹੋਈ ਸੀ ਔਰ ਉਹਦੇ ਵਿੱਚ ਗ੍ਰਿਫਤਾਰ ਨਹੀਂ ਸੀ ਹੋਏ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਵੀਰ, ਸਾਡਾ ਆਪਣਾ ਸੁਖਵੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।